ਸਤਿ ਸ਼੍ਰੀ ਅਕਾਲ ਦੋਸਤੋ ਪੰਜਾਬ ਨਿਊਜ਼ ਟੀਵੀ ਦੇਖ ਰਹੇ ਸਾਰੇ ਸਤਿਅਨੁਜਿਆ ਅਨੁਜੇ ਗੱਡੀਆਂ ਚਲਾਉਣ ਵਾਲਿਆਂ ਨੂੰ ਲੱਗੇਗਾ ਵੱਡਾ ਝਟਕਾ ਇੱਕ ਤਰੀਕ ਤੋਂ ਮਹਿੰਗੇ ਹੋਣ ਜਾ ਰਹੀ ਹੈ ਇਹ ਚੀਜ਼ ਤਾਜ਼ਾ ਵੱਡੀ ਖਬਰ ਖਬਰ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੈਮ ਤੇ ਵੀਡੀਓ ਨੂੰ ਆਤ ਤੋਂ ਆ ਲਾਈਕ ਐਂਡ ਸ਼ੇਅਰ ਵੀ ਕਰ ਦੇਣਾ ਮਹਿੰਗਾਈ ਦੇ ਕੋ ਝਟਕਾ ਲੱਗਣ ਵਾਲਾ ਹੈ ਜੇਕਰ ਤੁਹਾਡੇ ਕੋਲ ਵਾਹਨ ਹੈ ਤਾਂ ਤੁਹਾਨੂੰ ਖਰਚੇ ਵਧਣ ਵਾਲੇ ਨੇ ਕਿਉਂਕਿ ਜੁੰ ਤੋਂ ਥਰਡ ਪਾਰਟੀ ਮੋਟਰ ਇੰਸ਼ੋਰੈਂਸ ਦਾ ਪ੍ਰੀਮੀਅਮ ਵਧਣ ਵਾਲਾ ਹੈ ਸਰਕਾਰ ਨੇ ਇਸ ਸੰਬੰਧੀ ਨੋਟੀਫਿਕੇਸ਼ਨ ਜਾਰੀ ਕਰ ਦਿੱਤੀ ਥਰਡ ਪਾਰਟੀ ਮੋਟਰ ਬੀਮਾ ਕਿਉਂ ਹੋਏਗਾ ਮਹਿੰਗਾ ਸੜਕੀ ਆਵਾਜਾਈ ਤੇ ਰਾਜਮਾਰਗ ਮੰਤਰਾਲੇ ਨੇ ਬੋਦਵਾਰ ਨੂੰ ਵਾਹਨਾਂ ਦੀਆਂ ਵੱਖ-ਵੱਖ ਸ਼੍ਰੇਣੀਆਂ ਵਿੱਚ ਥਰਡ ਪਾਰਟੀ ਮੋਟਰ ਵਾਹਨ بیمੇ ਦੇ ਪ੍ਰੀਮੀਅਰ ਵਿੱਚ ਵਾਅਦਾ ਕੀਤਾ ਜੋ 1 ਜੂਨ ਤੋਂ ਲਾਗੂ ਹੋਏਗਾ ਇਸ ਕਾਰਨ ਕਾਰ ਤੇ ਦੋ ਪਹੀਆ ਵਾਹਨਾਂ ਦਾ ਬੀਮਾ ਮਹਿੰਗਾ ਹੋਣ ਵਾਲਾ ਹੈ 1 ਜੂਨ ਤੋਂ ਥਰਡ ਪਾਰਟੀ ਮੋਟਰ ਬੀਮੇ ਦੀ ਪ੍ਰੀਮੀਅਰ ਚ ਵਾਅਦਾ ਸੜਕੀ ਆਵਾਜਾਈ ਤੇ ਰਾਜਮਾਰਗ ਮੰਤਰਾਲੇ ਵੱਲੋਂ ਇਸ ਸੰਬੰਧੀ ਇੱਕ ਨੋਟੀਫਿਕੇਸ਼ਨ ਭੇਜਿਆ ਗਿਆ ਹੈ ਨੋਟੀਫਿਕੇਸ਼ਨ ਦੇ ਵਿੱਚ ਸੋਦੀ ਹੋਈ ਦਾਰ ਅਨੁਸਾਰ 101000 ਸੀਸੀ ਇੰਜਨਸ ਮੱਠਾ ਵਾਲੀਆਂ ਪ੍ਰਾਈਵੇਟ ਕਾਰਾਂ ਲਈ ਪ੍ਰੀਮੀਅਰ ਹੁਣ 2072 ਰੁਪਏ ਦੇ ਮੁਕਾਬਲੇ 2094 ਰੁਪਏ ਹੋਏਗਾ ਖਬਰਾਂਨ ਅੰਤ ਤੱਕ ਦੇਖਣ ਲਈ ਤੁਹਾਡਾ